बार यही देखा जाता है कि स्कूलों से ही शिकंजा कसा जाता है सरकार द्वारा। ਆਪਾਂ ਹਰ ਦੇਖ ਰਹੇ ਹਾਂ ਹੁਣੇ ਪਿੱਛੇ ਜੇ ਪੋਲੀਟੀਕਲ ਰੈਲੀ ਹੋਈ ਸੀ ਕਿ ਉੱਥੇ ਲੋਕਾਂ ਨੇ ਮਾਸਕ ਪਾਏ ਹੋਏ ਸੀ ਕਿ ਉੱਥੇ ਕੋਈ ਗੈਦਰਿੰਗ ਨਹੀਂ ਸੀ। ਫੈਕਟਰੀ ਆਊਟਲੈਟਸ ਦੇਖ ਲਓ ਪੁੱਛੋ, ਉੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਹੁੰਦੇ ਆ, ਸਕੂਲਾਂ 'ਚ ਹੀ ਕਿਉਂ ਪ੍ਰੋਬਲਮ ਹੈ? ਸਰ ਜੇ ਮੈਥੋਂ ਪੁੱਛੋ ਤਾਂ ਮੇਰੇ ਹਿਸਾਬ ਦੇ ਵਿੱਚ ਇਹ ਇੱਕ ਸਿਰਫ ਪੋਲੀਟੀਕਲ ਸਟੰਟ ਹੈ। ਪੰਜਾਬ ਸਰਕਾਰ ਨੇ ਕਰੋਨਾ ਦੇ ਮੱਦੇਨਜ਼ਰ ਜਿਹੜੇ ਸਕੂਲ ਆ ਗਏ ਉਹ 31 ਮਾਰਚ ਤੱਕ ਬੰਦ ਕਰਨ ਦਾ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ। ਕਿਤੇ ਨਾ ਕਿਤੇ ਸਕੂਲ ਦੇ ਜਿਹੜੇ ਪ੍ਰਬੰਧਕ ਆ ਜਾਂ ਸਕੂਲ ਦੇ ਟੀਚਰ ਆ ਜਾਂ ਪੇਰੈਂਟਸ ਆ ਉਹਨਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਸਕੂਲ ਬੰਦ ਕਰਨ ਨੂੰ ਲੈ ਕੇ ਗੁੱਸਾ ਜਿਹੜਾ ਹੈਗਾ ਲਗਾਤਾਰ ਬਾਹਰ ਆਉਣਾ ਸ਼ੁਰੂ ਹੋ ਗਿਆ ਹੈਗਾ। ਅੱਜ ਅਸੀਂ ਪਹੁੰਚੇ ਹਾਂ ਦੂਣ ਸੀਨੀਅਰ ਸੈਕੰਡਰੀ ਸਕੂਲ ਕਰਿਆਲਾ, ਜਿੱਥੇ ਸਕੂਲ ਪ੍ਰਬੰਧਕਾਂ ਵੱਲੋਂ ਟੀਚਰਜ਼ ਵੱਲੋਂ ਸਰਕਾਰ ਦੇ ਖਿਲਾਫ ਜਿਹੜਾ ਹੈਗਾ ਗਾ ਰੋਸ ਪ੍ਰਦਰਸ਼ਨ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਹੈਗਾ। ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਕੂਲ ਦੇ ਟੀਚਰਾਂ ਨਾਲ। ਸਰ ਜੀ, ਜਿਵੇਂ ਤੁਹਾਡੇ ਵੱਲੋਂ ਰੋਸ ਪ੍ਰਦਰਸ਼ਨ ਜਿਹੜਾ ਹੈਗਾ ਕੀਤਾ ਜਾ ਰਿਹਾ, ਅੱਜ ਕੀ ਕਹਿਣਾ ਤੁਹਾਡਾ? ਸਰ ਇਹ ਕਹਿ ਰਹੇ ਹਾਂ ਕਿ ਅਸੀਂ ਕਿ ਪੰਜਾਬ ਸਰਕਾਰ ਨੇ ਜੋ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਕਿ ਕੇਵਲ ਉਹ ਸਕੂਲਾਂ ਉੱਤੇ ਹੀ ਲਾਗੂ ਹੋਏਗਾ, ਬਾਕੀ ਜੋ ਬਾਕੀ ਆਪਾਂ ਦੇਖਦੇ ਹਾਂ ਕਿ ਰੈਸਟੋਰੈਂਟਸ ਨੇ, ਸ਼ੋਪਿੰਗ ਮਾਲ ਨੇ, ਉਹ ਜਾਂ ਆਵਾਜਾਈ ਹੈ, ਸਾਰਾ ਸਿਸਟਮ ਉਵੇਂ ਦਾ ਉਵੇਂ ਚੱਲ ਰਿਹਾ ਕਿ ਕੇਵਲ ਸਕੂਲਾਂ ਦੇ ਵਿੱਚ ਹੀ ਕਰੋਨਾ ਫੈਲੇਗਾ। ਜਦੋਂ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਜਿਹੜੀਆਂ ਹਦਾਇਤਾਂ ਸੀ ਉਹਨੂੰ ਸਾਰੇ ਸਕੂਲ ਪਹਿਲਾਂ ਹੀ ਫੋਲੋ ਕਰ ਰਹੇ ਸੀ, ਪਰ ਫਿਰ ਵੀ ਸਕੂਲ ਬੰਦ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ ਅਸੀਂ ਉਸਦਾ ਸਖ਼ਤ ਵਿਰੋਧ ਕਰਦੇ ਹਾਂ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਸਾਡੀ ਇਹ ਮੰਗ ਉੱਤੇ ਸੋਚ ਵਿਚਾਰ ਕਰਕੇ 1 ਅਪ੍ਰੈਲ ਤੋਂ ਦੁਬਾਰਾ ਸਕੂਲ ਖੋਲ੍ਹਣ ਦੀ ਇਜਾਜ਼ਤ ਦੇਣੀ ਚਾਹੀਦੀ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਗੁੱਸਾ ਹੈਗਾ ਉਹ ਟੀਚਰਾਂ ਦੇ ਵਿੱਚ ਵੀ ਆ, ਕਿਉਂਕਿ 2020 ਜਿਹੜਾ ਸਾਲ ਰਿਹਾ ਹੈਗਾ ਉਹਦੇ ਵਿੱਚ ਮੁਕੰਮਲ ਤੌਰ 'ਤੇ ਪੂਰਾ ਤਕਰੀਬਨ ਪੂਰਾ ਸਾਲ ਜਿਹੜੇ 10 ਮਹੀਨਿਆਂ ਦੇ ਕਰੀਬ ਜਿਹੜੇ ਸਕੂਲ ਸੀਗੇ ਉਹ ਬੰਦ ਕੀਤੇ ਗਏ ਸੀਗੇ। ਜਦੋਂ ਸਕੂਲ ਬੰਦਾ ਤਾਂ ਇਟ ਮੀਨਸ ਫੀਸਾਂ ਵੀ ਬੰਦ ਆ, ਨਾਲ ਫੀਸਾਂ ਨਾ ਮਿਲਣ ਕਰਕੇ ਮੈਨੇਜਮੈਂਟ ਨੂੰ ਵੀ ਪ੍ਰੋਬਲਮ ਆਈਆਂ, ਟੀਚਰਾਂ ਨੂੰ ਵੀ ਕੁਛ ਕਿਤੇ ਨਾ ਕਿਤੇ ਕੁਛ ਨਾ ਕੁਛ ਪ੍ਰੋਬਲਮ ਆਈਆਂ। ਜਿਹੜਾ ਗੁੱਸਾ ਹੈਗਾ ਦੁਬਾਰੇ ਫਿਰ 2021 ਦੇ ਵਿੱਚ ਜਿਉਂ ਹੀ ਐਡਮਿਸ਼ਨ ਦਾ ਸੀਜ਼ਨ ਸ਼ੁਰੂ ਹੁੰਦਾ ਹੈਗਾ ਤਾਂ ਦੁਬਾਰੇ ਫਿਰ ਪੰਜਾਬ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਕਿ 31 ਮਾਰਚ ਤੱਕ ਜਿਹੜੇ ਸਕੂਲ ਆ ਮੁਕੰਮਲ ਬੰਦ ਕੀਤੇ ਜਾਣਗੇ। ਨਾਲ ਹੀ ਇਹਨਾਂ ਦਾ ਕਹਿਣਾ ਕਿ ਜਦੋਂ ਸ਼ੋਪਿੰਗ ਮਾਲ ਖੁੱਲ੍ਹੇ ਆ, ਪੰਜਾਬ ਸਰਕਾਰ ਦੀ ਬੱਸ ਸਰਵਿਸ ਚੱਲ ਰਹੀ ਆ, ਪ੍ਰਾਈਵੇਟ ਬੱਸ ਸਰਵਿਸ ਚੱਲ ਰਹੀ ਹੈ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੈਕਸੀਮਮ ਜਿਹੜੇ ਹੈਗੇ ਕਿ ਮਾਸਕ ਤੱਕ ਲੋਕਾਂ ਦੇ ਨਹੀਂ ਲਗਾਏ ਗਏ, ਫਿਰ ਵੀ ਜਿਹੜਾ ਹੈਗਾ ਸਕੂਲਾਂ ਨੂੰ ਟਾਰਗੇਟ ਹੈ, ਕਹਿੰਦੇ ਕਿਉਂ ਬਣਾਇਆ ਜਾ ਰਿਹਾ ਹੈਗਾ। ਮੈਡਮ ਤੁਹਾਡਾ ਹੀ ਕਹਿਣਾ ਜੀ? ਸਰ ਮੈਂ ਇਹ ਕਹਿਣਾ ਚਾਹਤੀ ਹੂੰ ਕਿ ਸਿਕਸ਼ਾ ਕਾ ਸਤਰ ਇਸ ਤਰ੍ਹਾਂ ਤੋਂ ਬਹੁਤ ਹੀ ਨੀਚੇ ਗਿਰਤਾ ਜਾਏਗਾ। ਪੂਰਾ 1 ਸਾਲ ਪਹਿਲੇ ਹੀ ਸਕੂਲ ਬੰਦ ਰਹੇ ਹੈ, ਜਿਸਸੇ ਕਿ ਸਿਕਸ਼ਾ ਕੇ ਸਤਰ ਮੇਂ ਬਹੁਤ ਗਿਰਾਵਟ ਆ ਗਈ ਹੈ, ਔਰ ਹਮ ਨਹੀਂ ਚਾਹਤੇ ਕਿ ਅਬ ਸਕੂਲ ਬੰਦ ਹੋ ਤਾਂ ਕਿ ਹਮ ਆਪਣੇ ਬੱਚੋਂ ਕਾ ਸਿਕਸ਼ਾ ਕਾ ਵਿਕਾਸ ਕਰ ਸਕੇ, ਔਰ ਜਿਸ ਲਾਈਨ ਪੇ ਉਨਕੋ ਲੈ ਕੇ ਆਉਣਾ ਚਾਹਤੇ, ਅੱਛੇ ਨਾਗਰਿਕ ਬਣਾਉਣਾ ਚਾਹਤੇ, ਉਹ ਅੱਛੇ ਨਾਗਰਿਕ ਬਣ ਸਕੇ। ਔਰ ਇਸ ਤਰ੍ਹਾਂ ਅਗਰ ਬੰਦ ਰਹੇਗਾ ਤੋ ਨਾ ਕੇਵਲ ਬੱਚੋਂ ਕਾ ਵਿਕਾਸ ਰੁਕੇਗਾ, ਬਲਕਿ ਹਮਾਰਾ ਜੋ ਹਮ ਸਿਕਸ਼ਾ ਦੇਣੇ ਕਾ ਜਜ਼ਬਾ ਹੈ ਉਸਮੇਂ ਵੀ ਬਹੁਤ ਕਮੀ ਆ ਜਾਏਗੀ। ਤੋ ਅਗਰ ਹਮ ਇਹ ਲਗਾਤਾਰ ਉਨਮੇਂ ਅਨੁਸ਼ਾਸਨ ਬਣਾਏ ਰੱਖੇ, ਉਨਕਾ ਜੋ ਹਰ ਸਰਵਪੱਖੀ ਵਿਕਾਸ ਹਮ ਕਰ ਸਕੇ, ਉਸਕੇ ਲੀਏ ਹਮ ਪ੍ਰਯਾਸਰਤ ਰਹਿਤੇ ਹੈ, ਤੋ ਵੋ ਪ੍ਰਯਾਸ ਪੇ ਪਾਣੀ ਫਿਰ ਜਾਏਗਾ। ਤੋ ਹਮ ਇਸ ਬੰਦ ਕਾ ਪੂਰੀ ਤਰ੍ਹਾਂ ਸੇ ਵਿਰੋਧ ਕਰਤੇ ਹੈ। ਇਹਨਾਂ ਨੇ ਕਹਿਣਾ ਵੀ ਜੇਕਰ ਸਕੂਲ ਬੰਦ ਹੋ ਗਏ ਤਾਂ ਜਿਹੜਾ ਸਿੱਖਿਆ ਦਾ ਪੱਧਰ ਆ ਉਹ ਬਹੁਤ ਜ਼ਿਆਦਾ ਨੀਚੇ ਗਿਰ ਜਾਏਗਾ, ਕਿਉਂਕਿ ਪਹਿਲਾਂ 1 ਸਾਲ ਪਹਿਲਾਂ ਸਕੂਲ ਬੰਦ ਰਿਹਾ, ਜਿਹੜਾ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਸੀਗਾ ਬਹੁਤ ਮਾੜਾ ਹਾਲ ਹੋ ਗਿਆ ਸੀਗਾ, ਘਰ ਦੇ ਵਿੱਚ ਫਿਰ ਵੀ ਆਨਲਾਈਨ, ਹਾਲਾਂਕਿ ਆਨਲਾਈਨ ਜਿਹੜੀ ਸਟੱਡੀ ਸੀ ਉਹ ਸਕੂਲਾਂ ਵੱਲੋਂ ਚਲਾਈ ਜਾ ਰਹੀ ਸੀਗੀ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਰੈਗੂਲਰ ਸਟੱਡੀ ਆ ਉਹਦਾ ਕਿਤੇ ਨਾ ਕਿਤੇ ਤਾਂ ਅੰਤਰ ਜਿਹੜਾ ਹੈਗਾ ਗਾ ਵਿਖਾਈ ਦਿੰਦਾ ਹੀ ਆ। ਮੈਡਮ ਤੁਹਾਡਾ ਹੀ ਕਹਿਣਾ ਇਸ ਨੂੰ ਲੈ ਕੇ? ਹਰ ਵਾਰ ਇਹ ਦੇਖਿਆ ਜਾਂਦਾ ਹੈ ਕਿ ਸਕੂਲਾਂ 'ਤੇ ਸ਼ਿਕੰਜਾ ਕਸਿਆ ਜਾਂਦਾ ਸਰਕਾਰ ਦੁਆਰਾ। ਆਪਾਂ ਹਰ ਦੇਖ ਰਹੇ ਹਾਂ ਹੁਣੇ ਪਿੱਛੇ ਜੇ ਪੋਲੀਟੀਕਲ ਰੈਲੀ ਹੋਈ ਸੀ ਕਿ ਉੱਥੇ ਲੋਕਾਂ ਨੇ ਮਾਸਕ ਪਾਏ ਹੋਏ ਸੀ, ਕਿ ਉੱਥੇ ਕੋਈ ਗੈਦਰਿੰਗ ਨਹੀਂ ਸੀ। ਫੈਕਟਰੀ ਆਊਟਲੈਟਸ ਦੇਖ ਲਓ ਪੁੱਛੋ, ਉੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਹੁੰਦੇ ਆ, ਸਕੂਲਾਂ 'ਚ ਹੀ ਕਿਉਂ ਪ੍ਰੋਬਲਮ ਹੈ? ਜੇ ਆਪਾਂ ਟਰਾਂਸਪੋਰਟ ਦੀ ਗੱਲ ਕਰੀਏ ਤਾਂ ਦੇਖੋ ਆਪਣੇ ਸਾਹਮਣੇ ਹੀ ਹੈ, ਪ੍ਰਾਈਵੇਟ ਐਂਡ ਗੌਰਮੈਂਟ ਸਾਰੀ ਬੱਸਿਸ ਚੱਲ ਰਹੀਆਂ, ਸਕੂਲ ਬੱਸਿਸ ਹੀ ਕਿਉਂ ਬੰਦ ਹੈ? ਕਿ ਸਕੂਲਾਂ 'ਚ ਹੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ? ਹਰ ਵਾਰ ਮਤਲਬ ਬੱਚਿਆਂ 'ਤੇ ਹੀ ਸਭ ਕੁਛ ਲਿਆ ਜਾ ਰਿਹਾ, ਬੱਚਿਆਂ ਦਾ ਬੇਸ ਖਤਮ ਹੋ ਰਿਹਾ, ਕਿ ਐਜੂਕੇਸ਼ਨ ਖਤਮ ਹੀ ਹੁੰਦੀ ਜਾ ਰਹੀ ਹੈ। ਇਸ ਲਈ ਮੈਂ ਸਕੂਲ ਬੰਦ ਹੋਣ ਲਈ ਵਿਰੋਧ ਕਰਦੀ ਹਾਂ। ਸਰਕਾਰ ਨੂੰ ਸੋਚਣਾ ਚਾਹੀਦਾ ਕਿ 1 ਅਪ੍ਰੈਲ ਤੋਂ, ਸਾਨੂੰ ਉਮੀਦ ਹੈ ਕਿ ਸਰਕਾਰ ਸਾਡੀ ਸੁਣੇਗੀ ਐਂਡ ਸਾਡੇ ਜੋ ਸਕੂਲ ਹੈ 1 ਅਪ੍ਰੈਲ ਤੋਂ ਰੀਓਪਨ ਕਰੇ ਜਾਣ। ਇਹਨਾਂ ਨੇ ਕਿਹਾ ਕਿ 1 ਅਪ੍ਰੈਲ ਤੋਂ ਜਿਹੜੇ ਸਕੂਲ ਆ ਗਏ ਉਹ ਰੀਓਪਨ ਹੋਣੇ ਚਾਹੀਦੇ ਆ, ਕਿਉਂਕਿ ਹਰ ਇੱਕ ਜਿਹੜੀ ਹੈਗੀ ਹੈਗਾ ਸਿੱਖਿਆ ਦਾ ਖੇਤਰ ਆ
बहुत ज़्यादा बंद होने जो प्रभावित हो रहा है बच्चों के भी ज पेरेंट्स के भी कितना ना कि स्कूल बंद को लैके जी निराशा हैगी पाई जा रही हैगी। भविख जो आने वाला भविख आ वह भी कोई बहुत वधिया नहीं लग रहा क्योंकि जेकर स्कूल खुलन गए तो स्टडी जी है प्रोपर हो सकती हैगी। बिना जो स्कूल बंद होने के कारण जी बच्चों का जोड़ा सिक्ख्या का विकास वह बहुत ज़्यादा जोड़ा प्रभावित हो रहा है। टीचर भी आपो अपनिया प्रॉब्लम दस रहे हैं कि जो सारा कुछ खुला गा रैलियां हो रही है तो रैलियां के जी सरकार फिर पाबंदी क्यों नहीं ला रही सिर्फ स्कूलों ही जोड़ा है टारगेट क्यों बनाया जा रहा है। सर साडा ये कहना है कि स्कूलों सब तो पहला बंद कर दिता जाता है पर जिहड़े मसलियां वाल सरकार नू देखना चाहिए आपकी उन्हां नू पॉजिटिविटी दिखानी चाहिए है उधर दिखाई नहीं जा रही। बॉर्डर ते पिछले 4-5 महीनों तो किसान बैठे हुए हैं उन्होंने मसले वाल उन्होंने मसले नू सुलझाने का कोई भी यतन नहीं किया जा रहा। जस्ट स्कूलों नू बंद करके सानू तो यह लगता है कि सिर्फ एक उस मसले नू उन्हां नू किसानां नू पिछे हटाने की एक साजिश की जा रही है। सानू नहीं लगता कि करोना नाम की कोई चीज़ है क्योंकि स्कूल च तो असी प्रोपर प्रीकॉशनस यूज़ कर रहे हैं उत्थे तो कोई प्रीकॉशनस भी नहीं यूज़ हो रही। जस्ट एक ट्रिक है उस मसले नू पिछे हटाने की ना कि उन्हें सुलझाने की। किसानां नू पिछे हटाने को लेकर सिर्फ जिहड़ा हैगा इन्हां दा कहना कि जिहड़ा इह सरकार वल्लों सारा ताणा बाणा बुणिया गया गा स्कूल बंद कर दिए गए ता जो जिहड़े किसान आ उन्हां दा जिहड़ा संघर्ष आ मतलब कि वह ठिका पै जाए कितने ना कितने जिहड़ा इह मुद्दा इन्हां नूं लगता भी जिहड़ा इह स्कूल बंद करन दा मुद्दा ये किसानी संघर्ष नूं भी जिहड़ा पिछे करन दी इक गौरमेंट दी सोची समझी साजिश दा हिस्सा गा। सर तुहाडा ही कहना जी। सर जे मैथों पुछो तो मेरे हिसाब दे विच इक सिर्फ पोलीटिकल स्टंट है क्योंकि आप पिछले एक साल तो देख रहे हैं भी जिथे भी कितने वोटा ने बहुत राज्यों के वोटा पे रैलीज भी होंदिया ने वोटा भी पवाइया जा पर उत्थे करोना किसी नहीं होंगे हर जगह पर। हम देखो 5 राज्यों के वोटा होनी ने उत्थे रोज़ रैलीज हो रही ने सब कुछ हो रहा करोना उधर मूव ही नहीं कर रहा ईवन तुम न्यूज़ सुन लो उत्थे कोई केस भी नहीं आ रहा। हुण केस आ रहे हैं उन्होंने राज्यों के जिन्हों च अगे वोटा होनी ने क्योंकि इस दे नाल सरकार नू कितना ना कि फायदा होने वाला है क्योंकि सरकार की सोच है जे इस टाइम लोग घर बैठे ने उन्होंने बंद करके उन्होंने उकसाया जा रहा ता कि जदों इतने वोटा हो जी ऑपोजिशन दे विच पार्टी बैठी है या जो उन्होंने उन्होंने साथ देन जान भी शायद ये सानू बाहर निकल का मौका देंगे क्योंकि पंजाब सरकार ने पहला ही लोगों का बहुत जीना हराम किया हुआ सी ते हुण इस तरह के फरमान दे के तां लोगों के गला घुटन वाली गल है क्योंकि लोग पहला ही बहुत दुखी ने आमदन के साधन लगभग अद्धे खत्म हो चुके हैं लोग बेरोज़गार हो रहे हैं जे स्कूल भी बंद हो गए तो मेरे हिसाब से अद्धा पंजाब जो है बेरोज़गार हो जाएगा। पिछले समय के बहुत सारे स्कूल तो बंद हो चुके हैं क्योंकि एक साल किसी भी मैनेजमेंट के लिए स्कूल नूं चलाना वह भी बिना फीसा तो बहुत मुश्किल सी पर फिर भी उन्होंने आपदे टीचर्स का आपदे फोर्थ क्लास स्टाफ का साथ दिता उन्होंने सैलरीज दित्तियां पर हुण मैं नहीं कह सकता भी वह अगे दे सकते हैं क्योंकि हर बंदे को जो सोर्सिज ने लिमिटेड ने इन्हां लिमिटेड सोर्सिज इन्ने जणां दा ढिड नहीं पाल सकता या तो सरकार साडे ढिड पाले सानू तनखाहां देवे या फिर ये स्कूलों नू खोले ता कि असी बच्चों का भविख बना सकी ते उन्हां नू अगे वधन दे विच मदद कर सकी। कितना ना कितें जिहड़ियां हैगियां गियां वोटां पै रही गियां उत्थे जिहड़ा करोना गा उत्थों तक नहीं पहुँचता पोलीटिकल रैलियां हो रही गियां उन्हां इन्हां दा कहना पोलीटिकल रैलियां हो रही उत्थे करोना नहीं हुंदा पर स्कूलों के ही करोना हुंदा गा कितना कितें जिहड़ी सरकार दी इन्हां दा कहना भी सरकार दी कितना किसे साजिश आ गई साजिश दा हिस्सा बन रहे निजी स्कूल निजी स्कूलों को बंद किया जा रहा है। दोबारे इन्होंने मांग की है भी जो निजी स्कूलों को 1 अप्रैल तो खोलिया जाए नहीं तो इन्हों गुजारा करना अपना आने वाले समय के बहुत ही मुश्किल हो जाए। मैडम स्कूल 31 मार्च तक बंद किए गए पंजाब सरकार वालों ताडे वालों अज एक विरोध प्रदर्शन किया जा रहा है काफ़ी टीचर जो ये भाग ले रहे हैं दून सीनियर सैकेंडरी स्कूल के अस टाइम खड़े हैं तुहाडा ही कहना जी। सर जे आप देखिए थोड़ा जा पिछला डाटा चकीए पिछले साल तो करोना का जो ड्रामा चल रहा है या आप कह लिए आप कह नहीं सकते भी सच है जे आप डाटा के उपर फोकस करिए तो थोड़ा लगता भी कोई इन न्यूज़ आई हैं जिस बच्चे ज़्यादा प्रभावित हुए हैं बच्चों का जो इम्यून सिस्टम है ना बहुत अच्छा है वो अपने आप में उस तो उभार लेंदे हैं इसका इफेक्ट कितने होंगे बुजुर्गों पर होंगे और जो बुजुर्गों के कॉन्टैक्ट हो आते हैं तो उन्होंने नैचुरल है कि उन्होंने उपर इफेक्ट पैदा स्कूल बंद करे ये अपन लोंग टर्म च पता चलेगा कि इसका नुकसान की है। फिलहाल अपन लग रहा है पेरेंट्स को भी लगता है कि हाँ ठीक है बच्चे बैठे हैं ठीक है घर ऑनलाइन पढ़ाई हो रही है बट जो फेस टू फेस जो परसनल टच टीचर ने अपना देना है क्लासरूम के मौजूद होकर वह बच्चों उस चीज़ का बहुत मतलब आप कह रहे हैं वांझे रखा जा रहा है और ये नहीं होना चाहिए। अपन सरकार स्कूल खोलने चाहिए कला बच्चों का इफेक्ट नहीं है आप डाटा भी चैक कर चुके हैं।
ਜਿਹੜਾ ਕਰੋਨਾ ਦਾ ਪ੍ਰਭਾਵ ਹੈ, ਕਹਿੰਦੇ ਵੀ ਇਕੱਲੇ ਬੱਚਿਆਂ ਨਾਲ ਹੀ ਕਰੋਨਾ ਫੈਲਦਾ ਹੈਗਾ, ਜਦੋਂ ਕਿ ਜਿਹੜੇ ਇਹਦੇ ਮੈਕਸੀਮਮ ਇਹਦੇ ਜਿਹੜੇ ਹੈਗੇ ਹੈਗੇ ਉਹ ਸਿਮਟਮ ਆ ਉਹ ਜ਼ਿਆਦਾ ਬਜ਼ੁਰਗਾਂ ਦੇ ਵਿੱਚ ਪਾਏ ਗਏ ਹੈਗੇ। ਇਹਨਾਂ ਦਾ ਜਿਹੜੇ ਬੱਚਿਆਂ ਦੇ ਇਮਿਊਨ ਸਿਸਟਮ ਆ ਉਹ ਵੀ ਕਾਫੀ ਜ਼ਿਆਦਾ ਇਹਨਾਂ ਦਾ ਕਹਿਣਾ ਵੀ ਉਹ ਸਟਰੋਂਗ ਹੁੰਦਾ ਹੈਗਾ, ਪਰ ਇੱਥੇ ਤਾਂ ਫਿਰ ਵੀ ਕਹਿੰਦੇ ਬੱਚਾ ਬਦਲ ਕੇ ਕਿਸੇ ਨਾ ਕਿਸੇ ਟੱਚ ਦੇ ਵਿੱਚ ਨਹੀਂ ਆ। ਸਾਡੇ ਵੱਲੋਂ ਪੂਰੀਆਂ ਸਰਕਾਰ ਦੀਆਂ ਗਾਈਡਲਾਈਨ ਦੀ ਜਿਹੜੀ ਪ੍ਰੋਪਰ ਤਰੀਕੇ ਨਾਲ ਜਿਹੜੀ ਪਾਲਣਾ ਕੀਤੀ ਜਾਂਦੀ ਹੈਗੀ, ਜਿੰਨਾ ਸੋਸ਼ਲ ਡਿਸਟੈਂਸ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਜਾਂਦਾ ਉਸ ਹਿਸਾਬ ਨਾਲ ਜਿਹੜਾ ਹੈਗਾ ਬੱਚਿਆਂ ਨੂੰ ਬਿਠਾਇਆ ਜਾਂਦਾ ਹੈਗਾ, ਹਰ ਇੱਕ ਗਾਈਡਲਾਈਨ ਦੀ ਜਿਹੜੀ ਪਾਲਣਾ ਹੈਗੀ ਉਹ ਸਕੂਲ ਦੇ ਵਿੱਚ ਕੀਤੀ ਜਾਂਦੀ ਹੈ। ਪਰ ਹੋ ਸਕਦਾ ਘਰੇ ਕਿਤੇ ਨਾ ਕਿਤੇ ਆਪਾਂ ਉਨੀ ਜਿਹੜੀ ਗਾਈਡਲਾਈਨ ਆ ਸਰਕਾਰ ਦੀ ਉਹਦੀ ਪਾਲਣਾ ਆਪਾਂ ਨਹੀਂ ਕਰ ਸਕਦੇ, ਕਿਉਂਕਿ ਬੱਚੇ ਮਾਰਕੀਟ ਦੇ ਵਿੱਚ ਵੀ ਜਾਂਦੇ ਆ, ਬੱਚੇ ਆਪਦੇ ਪੇਰੈਂਟਸ ਨਾਲ ਕਿਸੇ ਰੈਲੇਟਿਵ ਨੂੰ ਮਿਲਣ ਵੀ ਜਾਂਦੇ ਹੈਗੇ, ਅਤੇ ਉਹ ਕਿਤੇ ਨਾ ਕਿਤੇ ਬੱਚਾ ਹੋ ਸਕਦਾ ਕੋਈ ਪ੍ਰਭਾਵ ਤੋਂ, ਜੇ ਨਾ ਕਿ ਸਕੂਲਾਂ ਦੇ ਵਿੱਚ ਆਪਾਂ ਇਹਨਾਂ ਦਾ ਕਹਿਣਾ ਵੀ ਸਕੂਲਾਂ ਦੇ ਵਿੱਚ ਨਹੀਂ, ਵੀ ਕਹਿੰਦੇ ਸਕੂਲਾਂ ਦੇ ਵਿੱਚ ਹੀ ਜੇ ਬੱਚਾ ਆਊਗਾ ਤਾਂ ਕਰੋਨਾ ਹੋਊਗਾ। ਜਿਹੜਾ ਕੋਵਿਡ ਆ, ਕੋਵਿਡ ਦਾ ਮਤਲਬ ਕਿ ਇਹ ਨਹੀਂ ਹੈਗਾ ਵੀ ਕੋਵਿਡ ਸਕੂਲਾਂ ਦੇ ਵਿੱਚ ਹੀ ਆ, ਸਕੂਲਾਂ ਨੂੰ ਦੁਬਾਰਾ ਰੀਓਪਨ ਕਰਨਾ ਹੋਣਾ ਚਾਹੀਦਾ ਤਾਂ ਜੋ ਜਿਹੜੇ ਬੱਚਿਆਂ ਦੀ ਸਟੱਡੀ ਆ ਉਹ ਪ੍ਰੋਪਰ ਤਰੀਕੇ ਨਾਲ ਚੱਲ ਸਕੇ। ਸਕੂਲ ਦੇ ਪ੍ਰਿੰਸੀਪਲ ਸਾਡੇ ਨਾਲ ਮੌਜੂਦ ਆ, ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਡਮ ਪਰਮਿੰਦਰ ਕੌਰ ਪ੍ਰਿੰਸੀਪਲ ਆ ਸਕੂਲ ਦੇ, ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਰਾੜਵਾਲਾ ਦੇ। ਮੈਡਮ, ਕੋਵਿਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਹਦਾਇਤਾਂ ਜਾਰੀ ਕਰਤੇ ਵੀ 31 ਮਾਰਚ ਤੱਕ ਸਕੂਲ ਬੰਦ ਰੱਖਣੇ ਆ, ਤੁਹਾਡੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ, ਤੁਹਾਡੇ ਵੱਲੋਂ ਵੀ ਕੀਤਾ ਰਿਹਾ, ਅਦਰ ਪੰਜਾਬ ਲੈਵਲ 'ਤੇ ਵੀ ਇਹਦਾ ਵਿਰੋਧ ਹੋ ਰਿਹਾ ਜੀ, ਤੁਹਾਡਾ ਹੀ ਕਹਿਣਾ ਜੀ? ਅਗਰ ਮੇਰੇ ਤੋਂ ਪੁੱਛੋ ਤਾਂ ਮੈਂ ਜਿਹੜਾ ਇਸ ਪੰਜਾਬ ਮਤਲਬ ਸਕੂਲ ਦਾ ਜਿਹੜਾ ਖਾਸ ਕਰਕੇ ਸਕੂਲ ਬੰਦ ਦਾ ਪੁਰਜ਼ੋਰ ਵਿਰੋਧ ਕਰਦੀ ਹਾਂ, ਕਿਉਂਕਿ ਦੇਖੋ ਸਾਨੂੰ ਮਤਲਬ 2 ਸਾਲ ਤਾਂ ਪੂਰਾ ਹੀ ਹੋ ਗਿਆ ਕਿ ਅਸੀਂ ਜਿਹੜੇ ਇੰਨਾ ਜ਼ਿਆਦਾ ਸਫ਼ਰ ਕਰ ਰਹੇ ਹਾਂ, ਸਾਨੂੰ ਘਰ ਬਿਠਾ ਦਿੱਤਾ ਗਿਆ, ਬੱਚਿਆਂ ਨੂੰ ਘਰ ਬਿਠਾ ਦਿੱਤਾ ਗਿਆ, ਫਿਰ ਬੁਲਾ ਲਿਆ ਗਿਆ, ਕਦੇ ਕਹਿ ਦਿੰਦੇ ਜੀ ਤੁਸੀਂ ਬੈਠ ਜਾਓ, ਕਦੇ ਕਹਿ ਦਿੰਦੇ ਆ ਤੁਸੀਂ ਸਕੂਲ ਆ ਜਾਓ, ਟੀਚਰ ਸਕੂਲ ਆ ਜਾਓ, ਬੱਚੇ ਘਰ ਬੈਠ ਜਾਓ, ਔਨਲਾਈਨ ਪੜ੍ਹਾ ਦਿਓ, ਆਫਲਾਈਨ ਪੜ੍ਹਾ ਦਿਓ, ਕੁਛ ਸਮਝ ਨਹੀਂ ਆਉਂਦਾ। ਟੀਚਰ ਦੀ ਮਿਹਨਤ ਵੱਧਦੀ ਜਾ ਰਹੀ ਆ ਕਿ ਉਹਨੂੰ ਔਨਲਾਈਨ ਕਲਾਸਿਸ ਵੀ ਲੈਣੀਆਂ ਪੈਂਦੀਆਂ, ਕਿਉਂਕਿ ਸਾਰੇ ਪੇਰੈਂਟਸ ਜਦੋਂ ਤੁਸੀਂ ਉਹਨਾਂ ਦੇ ਮਨ 'ਚ ਡਰ ਹੀ ਇੰਨਾ ਪਾਤਾ ਕਿ ਕੋਵਿਡ ਆ ਜੀ ਕੋਵਿਡ ਆ, ਹਾਲਾਂਕਿ ਬੱਚੇ ਜਿਹੜੇ ਆ ਕੁਛ ਕੁ ਪਹਿਲਾਂ ਮਹੀਨਾ ਕੁ ਪਹਿਲਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਆਫਲਾਈਨ ਜਿਹੜਾ ਉਹ ਮਤਲਬ ਸਕੂਲ 'ਚ ਆ ਸਕਦੇ ਹੋ, ਉਹ ਆਏ ਆ, ਕਿਸੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ, ਹਾਲਾਂਕਿ ਬੱਚਿਆਂ ਦਾ ਕਾਫੀ ਪੇਰੈਂਟਸ ਨੇ ਟੈਸਟ ਵੀ ਕਰਵਾਏ ਆਪਣੇ ਬੇਸ 'ਤੇ, ਉਹਨਾਂ ਦਾ ਕੰਸੈਂਟ ਲੈ ਕੇ ਜਿਹੜੇ ਬੱਚੇ ਆ ਉਹ ਸਕੂਲ ਦੇ ਵਿੱਚ ਆਏ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ। ਪਤਾ ਨਹੀਂ ਇਹ ਕੋਵਿਡ ਜਿਹੜੀ ਆ ਕਿੱਥੇ ਆ ਅਤੇ ਕੌਣ ਇਹਨੂੰ ਫੈਲਾ ਰਿਹਾ, ਸਾਡੀ ਸਮਝ ਤੋਂ ਬਾਹਰ ਆ। ਤੁਸੀਂ ਇਹ ਦੇਖੋ ਕਿ ਜਿਹੜੇ ਸਾਡੇ ਟੀਚਰਸ ਆ ਇਹ ਵਿਚਾਰਿਆਂ ਦੀ ਰੋਜ਼ੀ ਰੋਟੀ ਜਿਹੜੀ ਆ ਉਹ ਚੱਲਦੀ ਸਕੂਲਾਂ ਤੋਂ ਆ, ਅਤੇ ਸਾਨੂੰ ਕੀ ਸਰਕਾਰ ਕੁਛ ਦੇ ਰਹੀ ਹੈ ਇਹਦਾ? ਅਤੇ ਜੇ ਮੈਂ ਇਹ ਕਹਿੰਦੀ ਜੇ ਤੁਸੀਂ ਬੰਦ ਹੀ ਰੱਖਣੇ ਆ ਪਹਿਲਾਂ ਤਾਂ ਸਾਡਾ ਕੁਛ ਰੁਜ਼ਗਾਰ ਦਾ ਤਾਂ ਕੋਈ ਨਾ ਕੋਈ ਇਲਾਜ ਕਰੋ ਤਾਂ ਕਿ ਸਾਨੂੰ ਕੁਛ ਮਿਲ ਪਾਵੇ, ਅਸੀਂ ਸਾਨੂੰ ਸਾਲ ਪਿਛਲਾ ਜਿਹੜਾ ਉਹ ਸਫ਼ਰ ਕਰਦੇ ਹੋ ਗਿਆ ਅਤੇ ਹੁਣ ਆਹ ਫਿਰ ਸ਼ੁਰੂ ਕਰਤਾ, ਅਤੇ ਮਤਲਬ ਸਾਡੇ ਲਈ ਆਪਣਾ ਘਰ ਚਲਾਉਣੇ ਜਿਹੜੇ ਔਖੇ ਹੋ ਰਹੇ ਆ। ਐਂਡ ਮੋਰ ਓਵਰ ਤੁਸੀਂ ਇਹ ਦੇਖੋ ਸਿਨੇਮਾ ਹਾਲ ਦੇ ਵਿੱਚ 50% ਜਿਹੜੇ ਲੋਕ ਜਾ ਰਹੇ ਆ, ਸਾਡੇ ਪੇਪਰ ਜਿਹੜੇ ਚੱਲ ਰਹੇ ਸੀਗੇ 2 ਪੇਪਰ ਰਹਿ ਗਏ ਸੀ, ਸਾਨੂੰ ਕੀ ਉਹ ਪੇਪਰ ਜਾ ਕੇ ਸਿਨੇਮਾ ਹਾਲ 'ਚ ਲੈਣੇ ਚਾਹੀਦੇ ਆ? ਠੇਕੇ ਖੁੱਲ੍ਹੇ ਆ ਜਿਹੜੇ ਠੇਕੇ, ਕਿਉਂਕਿ ਇਹਨਾਂ ਨੂੰ ਇੱਥੋਂ ਆਮਦਨ ਹੁੰਦੀ ਆ, ਅਤੇ ਉੱਥੇ ਅਸੀਂ ਲੈ ਜਾਈਏ ਬੱਚਿਆਂ ਨੂੰ ਕਿ ਪੇਪਰ ਉੱਥੇ ਦਵਾਈਏ? ਸੋ ਮੈਂ ਇਹਦਾ ਪੁਰਜ਼ੋਰ ਵਿਰੋਧ ਕਰਦੀ ਹਾਂ, ਅਤੇ ਮੈਂ ਫਿਰ ਵੀ ਅਪੀਲ ਕਰਦੀ ਹਾਂ ਕਿ 1 ਅਪ੍ਰੈਲ ਤੋਂ ਸਕੂਲ ਜਿਹੜੇ ਆ ਦੁਬਾਰਾ ਖੋਲ੍ਹੇ ਜਾਣ। ਧੰਨਵਾਦ। ਮੈਡਮ ਦਾ ਕਹਿਣਾ ਵੀ ਸ਼ਰਾਬ ਦੇ ਠੇਕੇ ਖੁੱਲ੍ਹੇ ਆ, ਕੀ ਉੱਥੇ ਕਰੋਨਾ ਨਹੀਂ ਫੈਲਦਾ? ਸ਼ੋਪਿੰਗ ਮਾਲ ਖੁੱਲ੍ਹੇ ਆ, ਕੀ ਉੱਥੇ ਕਰੋਨਾ ਨਹੀਂ ਫੈਲਦਾ? ਫਿਰ ਸਕੂਲਾਂ ਨੂੰ ਹੀ ਕਿਉਂ ਜਿਹੜਾ ਹੈਗਾ ਗਾ ਟਾਰਗੇਟ ਬਣਾਇਆ ਜਾ ਰਿਹਾ ਕੋਵਿਡ ਦੇ ਨਾਂ 'ਤੇ? ਇਹ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਵੀ ਕਿਤੇ ਨਾ ਕਿਤੇ ਜਿਹੜੀਆਂ ਅਫਵਾਹਾਂ ਹੈਗੀਆਂ ਉਹ ਫੈਲਾਈਆਂ ਜਾ ਰਹੀਆਂ ਹੈਗੀਆਂ, ਜਿਹਦੇ ਕਰਕੇ ਜਿਹੜਾ ਸਕੂਲਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ, ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ, ਇਹਦੇ ਇਹਦਾ ਕੀ ਕਾਰਨ ਆ? ਮੈਡਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ, ਮੈਡਮ ਤੁਹਾਡਾ ਹੀ ਕਹਿਣਾ ਜੀ? ਮੈਂ ਤਾਂ ਇਸ ਦੇ ਇਹੀ ਕਹਾਂਗੀ ਕਿ ਕਰੋਨਾ ਦੀ ਲੱਗਦਾ ਕਿ ਸਰਕਾਰ ਦੇ ਹੱਥ ਦੇ ਵਿੱਚ ਕੋਈ ਸਵਿੱਚ ਫੜੀ ਹੋਈ ਹੈ। ਇਹੀ 19 ਮਾਰਚ 2020 ਦੇ ਵਿੱਚ ਵੀ ਇਹੀ ਇੱਕ ਨਾਦਰਸ਼ਾਹੀ ਫਰਮਾਨ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀਗਾ ਕਿ ਸਕੂਲ ਬੰਦ ਕਰ ਦਿਉ। ਆਲਮੋਸਟ 9-10 ਮਹੀਨੇ ਸਕੂਲ ਬੰਦ ਰਹੇ, ਜਿਸ ਦੇ ਨਾਲ ਬੱਚਿਆਂ ਦੇ ਐਜੂਕੇਸ਼ਨ ਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਨੁਕਸਾਨ ਹੋਇਆ। ਬੱਚੇ ਘਰ ਬੈਠ ਕੇ ਉਸ ਤਰੀਕੇ ਨਹੀਂ ਪੜ੍ਹ ਸਕਦੇ ਜਿਸ ਤਰ੍ਹਾਂ ਅਸੀਂ ਉਹਨਾਂ ਨੂੰ ਸਕੂਲਾਂ ਦੇ ਵਿੱਚ ਪਰਸਨਲੀ ਉਹਨਾਂ ਦੀ ਹਰੇਕ ਮੁਸ਼ਕਲ ਨੂੰ, ਹਰੇਕ ਉਹਨਾਂ ਦੀ ਪ੍ਰੋਬਲਮ ਨੂੰ ਅਸੀਂ ਟੀਚਰਸ ਦੇ ਨਾਲ ਉਹ ਬੈਠ ਕੇ ਹੱਲ ਕਰ ਸਕਦੇ ਹੈ। ਆਪਦਾ ਉਹਨਾਂ ਦਾ ਜਿਹੜਾ ਮਾਇੰਡ ਸੈੱਟ ਹੈ ਉਹ ਇਸ ਤਰ੍ਹਾਂ ਦਾ ਬਣ ਚੁੱਕਿਆ ਕਿ ਘਰ ਰਹਿ ਕੇ ਬੱਚੇ ਜਦੋਂ ਕੋਈ ਵੀ ਚੀਜ਼ ਅਸੀਂ ਵਿਹਲੀ ਛੱਡ ਦਈਏ ਤਾਂ ਉਹਨਾਂ ਦਾ ਦਿਮਾਗ ਉਸ ਤਰ੍ਹਾਂ ਹੀ ਕੰਮ ਕਰਨ ਲੱਗ ਜਾਂਦਾ ਹੈ, ਉਹਨਾਂ ਨੂੰ ਆਦਤ ਪੈ ਜਾਂਦੀ ਹੈਗੀ ਹੈ ਵਿਹਲੇ ਰਹਿਣ ਦੀ, ਔਰ ਫਿਰ ਮਿਹਨਤ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਸੋ ਉਹੀ 19 ਮਾਰਚ 2020 ਤੋਂ 19 ਮਾਰਚ 2021 ਦੇ ਵਿੱਚ ਉਹੀ ਸੇਮ ਫਤਵਾ ਫਿਰ ਜਾਰੀ ਕਰ ਦਿੱਤਾ ਗਿਆ। ਲੱਗਦਾ ਕਿ ਇਹ ਸਿਰਫ ਔਰ ਸਿਰਫ ਸਕੂਲਾਂ ਦੇ ਵਿੱਚ ਹੀ ਕਰੋਨਾ ਆਉਂਦਾ, ਕਰੋਨਾ ਨੂੰ ਜਿਹੜੀ ਹੈਗੀ ਆ ਉਹਦੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਉਹਨੂੰ ਇੱਕ ਟੀਕਾ ਲਾਇਆ, ਕਰੋਨਾ ਨੂੰ ਵੀ ਇੱਕ ਟੀਕਾ ਲਾਇਆ ਗਿਆ ਕਿ ਤੂੰ ਸਿਰਫ ਸਕੂਲਾਂ 'ਚ ਹੀ ਅਟੈਕ ਕਰਨਾ,
ना तो ठेकियां जाना ना तो जी है अपने जड़िया है पोलीटिशनस दैलीज़ जाना है ना सिनेमा हॉल से जाना है ना ही किसी मॉल से जाना है ना ही जड़िया है सरकारी और प्राइवेट बसा चल रही हैं ट्रेना चल रही उन्होंने करोना ने नहीं जाना उन्होंने सरकार कह के तोड़ती है भी तू सिर्फ स्कूलों से ही जाना है। सो इस करके मेरा बहुत सरकार के इस फैसले पर विरोध है और असं चाहते हाँ कि 1 अप्रैल तो स्कूल वापस खोले जाए और बच्चों के एजुकेशन असी उन्हों का पूरा साथ दे सकी। इन्हों का कहना कि सारी ट्रांसपोर्ट जी है चल रही है बसा चल रही ट्रेना चल रही गियाँ शॉपिंग मॉल खुले आ ठेके खुले आ जिथों सरकार नूं आमदनी हुंदी आ सारा कुछ खुला गा पर जिहड़े स्कूल आ गए जिहड़े हज़ार टीचर का ढिड पालदे आ उन्हां दे परिवारां नूं पालदे आ गए प्राइवेट मतलब कि कोई ग्रांट नहीं इन्हां नूं मिलदी फिर भी जिहड़ा हैगा इह आपदा इसे स्कूल दे विच्चों इन्हां बच्चों दीआं फीसां दे विच्चों ही तनखाहां दे के इन्हां नाल हज़ारां की गिणती दे विच जां सौआं की गिणती दे विच जिहड़े हैगे कि टीचर जां उन्हां दे परिवार आ जिहड़े जुड़े पए हैगे पर फिर भी सरकार वल्लों नादरशाही फरमान जिहड़ा जारी किया गया 31 मार्च तक स्कूलों नूं बंद करन दा उहदा इन्हां वल्लों जिहड़ा पुरजोर विरोध किया गया गा इन्हां दी मंग आ कि 1 अप्रैल तो जिहड़े मुड़ स्कूल आ गए उन्हां नूं रीओपन किया जाए नहीं तो अखीर जिहड़ा हैगा गा इन्हां नूं मतलब कि हुण तां स्कूलों के जिहड़ा संघर्ष है ये चल रहा गा इन्हां दा कहना कि नहीं तो जिहड़ा संघर्ष है वह हो सकता सड़कां तक भी लिजाणा पवे। काफ़ी गुस्सा जिहड़ा सीगा वह तुसीं देख ही लिया टीचर दे विच भी मैनेजमेंट दे विच भी प्रिंसीपल दे विच भी जां जिहड़े मतलब कि आप पेरेंट्स भी आप कितना कितने देख सकते हैं पेरेंट्स भी इस चीज़ के नाराजगी है भी ऑफलाइन जी पढ़ाई है वो ज़्यादा बेहतर आ जो कि ऑनलाइन जी स्टडी आ उन्नी बेहतर नहीं हो सकती। तुम देख रहे सी दून पब्लिक स्कूल कैराबाद तो सीधिया तस्वीर रामपुरा फूल तो कैमरामैन रमनप्रीत नाल जसवीर ऑल।